ਮੈਂ ਦੱਸ ਦੀ ਕਿ ਬਸਤੀ ਅੱਡੇ ਦੇ ਕੋਲ ਕਰਮਾ ਜਿਹੜੇ ਫੈਸ਼ਨ ਪੁਆਇੰਟ ਆ ਉਹਨਾਂ ਨੂੰ ਜਿਹੜਾ ਕਿ ਫਰੋਤੀ ਦੀ ਜਿਹੜੀ ਮੰਗ ਕੀਤੀ ਜਾ ਰਹੀ ਔਰ ਲੈਟਰ ਉਹਨਾਂ ਦੇ ਘਰ ਜਿਹੜੀ ਹੈ ਸਿੱਟ ਕੇ ਗਏ ਨੇ ਕੁਛ ਵਿਅਕਤੀ ਔਰ ਇੱਕ ਜਿੰਦਾ ਰੋਲ ਵੀ ਜਿਹੜਾ ਮਿਲਿਆ ਗੱਲਬਾਤ ਕਰਾਂਗੇ ਭਾਅ ਜੀ ਕੀ ਨਾਮ ਤੁਹਾਡਾ ਰਾਘਵ ਹੈ ਜੀ ਮੇਰਾ ਨਾਮ ਕੀ ਹੋਇਆ ਕਿ ਰਾਘਵ ਜੀ ਭਾਅ ਜੀ ਸਵੇਰੇ ਸਾਡਾ ਸਕਿਉਰਟੀ ਵਾਲਾ ਜਿਹੜਾ ਹੈਗਾ ਨਾ ਉਹ ਇੱਥੋਂ ਗੱਡੀ ਬਾਹਰ ਕੱਢ ਰਿਹਾ ਸੀਗਾ ਸਾਡੇ ਘਰ ਵੱਲੋਂ ਅਤੇ ਉੱਥੋਂ ਨਾ ਸਾਨੂੰ ਮਿਲਿਆ ਇੱਕ ਮਤਲਬ ਲੈਟਰ ਜੀ ਮਿਲੀ ਅਤੇ ਉਹਨਾਂ ਨੇ ਦੇਖਿਆ ਕਿ ਆਪਣਾ ਲੈਟਰ ਕੀ ਹੈਗੀ ਲੈਟਰ ਚੱਕੀ ਅਤੇ ਇੱਦਾਂ ਹੀ ਦੇਖਿਆ ਕਿ ਉਹ 'ਚ ਇੱਕ ਰੌਂਦ ਅਤੇ ਨਾਲ ਲੈਟਰ ਧਮਕੀ ਭਰਿਆ ਲੈਟਰ ਲਿਖਿਆ ਹੋਇਆ ਸੀਗਾ ਕੀ ਹੈ ਕੀ ਸੀਗਾ ਭਾਅ ਜੀ ਲਿਖਿਆ ਕੀ ਵਿੱਚ ਲੈਟਰ 'ਚ ਲਿਖਿਆ ਕੀ ਹੋਇਆ ਮਾੜਾ ਹੈ ਤੁਹਾਡੇ ਕੋਲ ਲੈਟਰ ਕਾਪੀ ਲੈਟਰ ਨਹੀਂ ਉਹ ਤਾਂ ਲੈ ਗਏ ਪੁਲਿਸ ਉਹਦਾ ਕੀ ਲਿਖਿਆ ਸੀ ਉਹਦੇ 'ਚ ਉਹ 'ਚ ਇਹੀ ਲਿਖਿਆ ਸੀਗਾ ਕਿ ਆਪਾਂ ਮਤਲਬ ਕਿ ਆਪਾਂ ਇਹ ਰੌਂਦ ਤੁਹਾਨੂੰ ਗਿਫਟ ਲਈ ਭੇਜਿਆ ਹੈਗਾ ਇੱਕ ਅਤੇ ਅਗਰ ਤੁਸੀਂ ਸਾਡੀ ਸੁਣਵਾਈ ਨਹੀਂ ਕਰੋਗੇ ਸਾਡੇ ਨਾਲ ਗੱਲ ਨਹੀਂ ਕਰੋਗੇ ਅਤੇ ਆਪਾਂ ਤੁਹਾਨੂੰ ਮਤਲਬ ਕਿ ਇਹ ਰੌਂਦ ਤੁਹਾਡੇ ਆਮ ਵਾਸਤੇ ਵੀ ਯੂਜ਼ ਕਰ ਸਕਦੇ ਨਹੀਂ ਕਿਤੇ ਵੱਲੋਂ ਹੈ ਕਿ ਕੋਈ ਨਾਮ ਲਿਖਿਆ ਬੰਦੇ ਨੇ ਕਿ ਇਹ ਵਿਅਕਤੀ ਹੈ ਪਾਰਟੀਕੁਲਰ ਨਹੀਂ ਲਿਖਿਆ ਤਾਂ ਕੁਛ ਵੀ ਨਹੀਂ ਉੱਥੇ ਲਿਖਿਆ ਜੀ ਬੀ ਅੱਛਾ ਜੀ ਬੀ ਲਿਖਿਆ ਨਹੀਂ ਪਾਰਟੀਕੁਲਰ ਕਿਸੇ ਨਾਮ ਦੇ ਉੱਪਰ ਧਮਕੀ ਹੈ ਜਾਂ ਤੁਹਾਡੀ ਸ਼ੋਪ ਦੇ ਉੱਪਰ ਖਿਲਾਫ਼ ਹੈ ਜਾਂ ਕਿੱਦਾਂ ਸ਼ੋਪ ਦੇ ਖਿਲਾਫ਼ ਹੀ ਹੈ ਮਤਲਬ ਕਿ ਬੰਦੇ ਦੇ ਖਿਲਾਫ਼ ਸਾਡੇ ਖਿਲਾਫ਼ ਹੀ ਹੋ ਗਿਆ ਸਾਡੇ ਘਰ ਆਈ ਹੈ ਸਾਡੇ ਖਿਲਾਫ਼ ਹੀ ਹੈ ਮਤਲਬ ਕਿ ਕੋਈ ਵੀ ਬਿਨਾਂ ਸਿਕਿਉਰਟੀ ਤੋਂ ਕਹਿੰਦੇ ਤੁਹਾਡੇ ਬੰਦੇ ਮਿਲ ਗਏ ਸਭ ਤੋਂ ਪਹਿਲਾਂ ਭਾਅ ਜੀ ਲੈਟਰ ਕਲੈਕਟ ਕਿਹਨੇ ਕੀਤੀ ਮਤਲਬ ਸਾਡੇ ਸਿਕਿਉਰਟੀ ਵਾਲੇ ਨੇ ਸਿਕਿਉਰਟੀ ਵਾਲੇ ਨੇ ਕਿੰਨੇ ਕੁ ਵਜੇ ਦਾ ਸਮਾਂ ਸੀ ਸਾਢੇ ਕੁ 10 ਵਜੇ ਦਾ ਸਮਾਂ ਸਾਢੇ ਕੁ ਵਜੇ 10 ਕੁ ਵਜੇ ਮਤਲਬ ਜਦੋਂ ਬਾਹਰ ਨਿਕਲੇ ਤਾਂ ਉੱਥੇ ਡਿੱਗੀ ਬਾਹਰ ਨਿਕਲਣ ਲੱਗੇ ਅੱਗੇ ਵੀ ਕਦੇ ਤੁਹਾਨੂੰ ਧਮਕੀ ਆਈ ਕਦੇ ਫੋਨ ਤੇ ਕੋਈ ਆ ਉਹ ਇੱਦਾਂ ਨੋਰਮਲ ਫੋਨ ਤੇ ਕਾਲਸ ਆਉਂਦੀਆਂ ਰਹਿੰਦੀਆਂ ਕਿ ਹਾਂਜੀ ਕੀ ਉਹ ਕਿਹੜੇ ਨੰਬਰ ਤੋਂ ਫੋਨ ਆਉਂਦਾ ਤੁਹਾਨੂੰ ਉਹ ਬਾਹਰਲੇ ਨੰਬਰ ਹੁੰਦੇ ਜੀ ਅੱਛਾ ਜੀ ਹਾਂਜੀ ਆਪਾਂ ਇਗਨੋਰ ਕਰਤਾ ਕਿ ਪਤਾ ਨਹੀਂ ਕੌਣ ਉਹਦੇ 'ਚ ਕੀ ਕਹਿੰਦੇ ਭਾਅ ਜੀ ਉਹ 'ਚ ਕੁਛ ਵੀ ਨਹੀਂ ਕਹਿੰਦੇ ਗੱਲ ਕਰਨੀ ਹੈ ਜੀ ਬੀ ਭਾਅ ਜੀ ਨੇ ਗੱਲ ਕਰਨੀ ਇੱਦਾਂ ਅਤੇ ਕਿੰਨਾ ਸਮਾਂ ਹੋ ਗਿਆ ਭਾਅ ਜੀ ਇੱਥੇ ਤੁਹਾਨੂੰ ਸ਼ੋਪ ਦਾ ਇਹ ਤਾਂ 2019 ਦੀ ਖੋਲੀ ਹੈ 2019 ਦੀ ਖੋਲੀ ਹੈ ਅਤੇ ਉਸ ਤੋਂ ਬਾਅਦ ਉਸ ਦੇ ਦੌਰਾਨ ਕਿੰਨੇ ਕੁ ਫੋਨ ਆਏ ਉਹਦੇ ਵੀ ਨਹੀਂ ਹੁਣ ਇਹ ਮਹੀਨਾ ਕੁ ਪਹਿਲੇ ਆਇਆ ਮਤਲਬ ਜਿਹੜੇ ਫੋਨ ਆਉਣੇ ਸ਼ੁਰੂ ਹੋ ਵੀ ਮਹੀਨੇ ਕੁ ਪਹਿਲਾਂ ਹੀ ਆਉਣੇ ਸ਼ੁਰੂ ਹੋਏ ਪਹਿਲੇ ਆਇਆ ਸੀਗਾ ਫੋਨ 'ਤੇ ਕਹਿੰਦੇ ਕੀ ਤੁਹਾਨੂੰ ਕੁਛ ਵੀ ਨਹੀਂ ਕਹਿੰਦੇ ਗੱਲ ਕਰਨੀ ਹੈ ਜੀ ਬੀ ਭਾਈ ਨੇ ਗੱਲ ਕਰਨੀ ਹੈ ਅੱਛਾ ਆਏਗਾ ਚੱਕ ਲਈ ਇਹਦੀ ਜਿੱਦਾਂ ਤੁਹਾਨੂੰ ਪਹਿਲਾਂ ਫੋਨ ਆਏ ਉਹਦੀ ਕੋਈ ਕੰਪਲੇਂਟ ਦਿੱਤੀ ਥਾਣੇ ਵਿੱਚ ਆਪਾਂ ਤਾਂ ਇਗਨੋਰ ਕਰਤਾ ਕਿ ਪਤਾ ਨਹੀਂ ਕੌਣ ਹੈ ਕੀ ਹੈ ਆਪਾਂ ਕਦੇ ਨਹੀਂ ਪਹਿਲਾਂ ਕੋਈ ਦਰਖਾਸਤ ਜਾਂ ਕੰਪਲੇਂਟ ਤੁਸੀਂ ਨਹੀਂ ਦਿੱਤੀ ਠੀਕ ਹੈ ਅਤੇ ਅੱਜ ਤੁਹਾਨੂੰ ਮਤਲਬ ਕਿ ਉਹਦੇ ਨਾਲ ਹੀ ਬੰਦੇ ਨੇ ਫੋਨ ਕੀਤਾ ਕਿਉਂਕਿ ਲੈਟਰ ਵਗੈਰਾ ਸਿੱਟ ਕੇ ਗਏ ਹੁੰਦੇ ਨਹੀਂ ਕੁਛ ਨਹੀਂ ਫੋਨ ਕੋਈ ਨਹੀਂ ਆਇਆ ਸਿੱਧਾ ਲੈਟਰ ਹੀ ਆਈ ਅਤੇ ਨਾਲ ਹੋਰ ਕੀ ਹੈ ਇੱਕ ਰੌਂਦ ਹੈਗਾ ਜਿੱਦਾਂ ਇੱਕ ਰੌਂਦ ਉਹ ਜਿਹੜਾ ਰੌਂਦ ਆ ਪੁਲਿਸ ਲੈ ਗਈ ਹੈ ਉਹ ਲੈ ਗਈ ਹੈ ਠੀਕ ਹੈ ਅਤੇ ਜਿਹੜਾ ਲੈਟਰ ਆ ਉਹਦੀ ਕਾਪੀ ਦਿਖਾ ਸਕਦੇ ਤੁਸੀਂ ਲੈਟਰ ਤਾਂ ਲੈ ਗਏ ਪੁਲਿਸ ਵਾਲੇ ਲੈ ਗਏ ਫੋਨ 'ਚ ਤਾਂ ਹੋਊਗਾ ਤੁਹਾਡੇ ਨਹੀਂ ਉਹ ਮੇਰੇ ਫੋਨ 'ਚ ਨਹੀਂ ਹੈਗੀ ਉਹ ਸਿਕਿਉਰਟੀ ਵਾਲੇ ਨੇ ਫੋਟੋ ਖਿੱਚੀ ਸਰ ਅੱਛਾ ਹਾਂਜੀ ਤੁਹਾਡਾ ਕੀ ਨਾਮ ਹੈ ਰਾਘਵ ਸੋ ਦੋਸਤੋ ਲਾਈਵ ਹੋਇਆ ਤੁਹਾਨੂੰ ਦੱਸ ਦਈਏ ਕਿ ਕਰਮਾ ਫੈਸ਼ਨ ਜਿਹੜਾ ਬਸਤੀ ਅੱਡੇ ਦੇ ਕੋਲ ਹੈ ਜਿਹੜਾ ਕਿ ਉੱਥੇ ਇੱਕ ਜਦੋਂ ਸਵੇਰੇ ਆਪਣੀ ਗੱਡੀ ਬਾਹਰ ਕੱਢਣ ਲੱਗੇ ਤਾਂ ਉਹਨਾਂ ਨੂੰ ਇੱਕ ਲੈਟਰ ਮਿਲਦਾ ਜਿੱਦਾਂ ਕਿ ਧਮਕੀ ਵਾਲਾ ਲੈਟਰ ਸੀਗਾ ਔਰ ਇੱਕ ਜਿਹੜਾ ਜਿੰਦਾ ਰੋਂਦ ਵੀ ਨਾਲ ਸੀਗਾ ਸੋ ਪੁਲਿਸ ਨੂੰ ਇਹਨਾਂ ਨੇ ਇਨਫੋਰਮ ਕਰ ਦਿੱਤਾ ਸੋ ਇਹਨਾਂ ਵੱਲੋਂ ਦੱਸਿਆ ਜਾ ਕਿ ਪਹਿਲਾਂ ਜਿਹੜੇ ਫੋਨ ਵੀ ਜਿਹੜੇ ਕਿ ਫੋਰਨ ਦੇ ਨੰਬਰ ਤੋਂ ਆਉਂਦੇ ਸੀਗੇ ਕਿਸੇ ਜੀ ਬੀ ਨਾਮ ਦੇ ਵਿਅਕਤੀ ਦਾ ਜਿਹੜਾ ਕਿ ਨਾਮ ਹੈ ਦੱਸ ਰਿਹਾ ਕਿ ਉਹਨਾਂ ਨੇ ਗੱਲ ਕਰਨਾ ਪਰ ਲੇਕਿਨ ਇਹਨਾਂ ਨੇ ਜਿਹੜੇ ਫੋਨ ਜਿਹੜੇ ਸੀਗੇ ਬਲੋਕ ਕਰ ਦਿੰਦੇ ਸੀ ਉਸ ਤੋਂ ਬਾਅਦ ਅੱਜ ਇੱਕ ਲੈਟਰ ਇਹਨਾਂ ਨੂੰ ਮਿਲਦਾ ਔਰ ਇੱਕ ਜਿੰਦਾ ਰੋਂਦ ਮਿਲਦਾ ਸੋ ਥਾਣਾ 4 ਦੇ ਏਰੀਆ ਦਾ ਜਿਹੜਾ ਮਾਮਲਾ ਸੋ ਇਸ ਮਾਮਲੇ ਲੈ ਕੇ ਹੋਰ ਅਪਡੇਟ ਆਉਂਦੀ ਤੁਹਾਡਾ ਦੁਆਰਾ ਫੇਰ ਰੂਬਰੂ ਹੋਵਾਂਗੇ ਤਦ ਤੱਕ ਦਿਓ ਇਜਾਜ਼ਤ ਧੰਨਵਾਦ ਦੁਕਾਨਦਾਰਾਂ ਨੂੰ ਔਰ ਦੱਸ ਰਹੇ